ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਵਾਪਰਿਆ ਕਹਿਰ ਸਕੂਲ ਵੈਨ ਦਾ ਹੋਇਆ ਪੈਣ ਖਾਸ ਦੋ ਬੱਚਿਆਂ ਦੀ ਅਤੇ ਡਰਾਈਵਰ ਦੀ ਹੋਈ ਮੌਤ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਵਾ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਪਰਾਪਾ ਜਾਣਕਾਰੀ ਅਨੁਸਾਰ ਇਹ ਦੁਪਦਾਈ ਖਬਰ ਹਰਿਆਣਾ ਦੇ ਸੂਬੇ ਚੱਜਰ ਸੰਪਾਲਾ ਰੋਡ ਤੋਂ ਸਾਹਮਣੇ ਜਿੱਥੇ ਇੱਕ ਨਿੱਜੀ ਸਕੂਲ ਵੈਨ ਦੀ ਇੱਕ ਸੜਕ ਉੱਪਰ ਖੜੇ ਦੁੱਧ ਦੇ ਟੈਂਕਰ ਨਾਲ ਟਕਰਾ ਗਈ। ਹਾਦਸਾ ਬਿੱਤੇ ਕੱਲ੍ਹ ਵਾਪਰਿਆ ਜਿੱਥੇ ਸਹਾਸ ਦੇ ਕਾਂ ਸਕੂਲ ਦੀ ਵੈਨ ਅਗਲੇ ਹਿੱਸੇ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਪਿੰਡ ਗਿਰਾਵੜ ਦੇ ਲੋਕਾਂ ਵੱਲੋਂ ਟਰੈਕਟਰ ਦੀ ਮਦਦ ਨਾਲ ਵੈਨ ਦੇ ਅਗਲੇ ਹਿੱਸੇ ਨੂੰ ਬਾਹਰ ਕੱਢਿਆ ਗਿਆ ਤੇ ਸਹਾਸ ਦੇ ਵਿੱਚ ਜ਼ਖਮੀ ਹੋਏ ਡਰਾਈਵਰ ਤੇ ਵਿਦਿਆਰਥੀ ਨੂੰ ਗੰਭੀਰ ਹਾਲ ਦੇ ਵਿੱਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਗੰਭੀਰ ਜ਼ਖਮੀ ਹਾਲ ਦੇ ਵਿੱਚ ਕੁਝ ਲੋਕਾਂ ਨੂੰ ਰੋਹਤਲ ਦੇ ਪੀਜੀਆਈ ਹਸਪਤਾਲ ਦੇ ਵਿੱਚ ਚਲ ਜਾਇਆ ਗਿਆ ਉੱਥੇ ਹੀ ਦੋ ਵਿਦਿਆਰਥੀਆਂ ਤੇ ਇੱਕ ਡਰਾਈਵਰ ਦੀ ਮੌਤ ਹੋ ਗਈ ਜਾਦ ਵਿੱਚ ਇੱਕ ਡਰਾਈਵਰ ਦੀ ਹਾਲਤ ਕਾਫੀ ਗੰਭੀਰ ਬਣੀ ਤੇ ਹਸਪਤਾਲ ਦੇ ਵੈਂਟੀਲੇਟਰ ਤੇ ਜੀਰੇ ਇਲਾਜ ਚ ਹੈ ਇਹ ਡਰਾਈਵਰ ਹੱਜੇ ਵੀ ਜ਼ਿੰਦਗੀ ਦੇ ਮੋਤ ਦੇ ਵਿਚਕਾਰ ਜੂਝ ਰਿਹਾ ਜਿੱਥੇ ਦੋ ਵਿਦਿਆਰਥੀ ਤੇ ਇੱਕ ਡਰਾਈਵਰ ਦੀ ਮੌਤ ਤੋਂ ਬਾਅਦ ਪੋਸਟਮਾਰਟਮ ਕਰਾ ਕੇ ਮ੍ਰਿਤਕਾਂ ਦੇ ਲਾਸ਼ਾਂ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਉਹ 30 ਸਸਤਾ ਸ਼ਿਕਾਰ ਹੋਣ ਵਾਲੇ ਬੱਚਿਆਂ ਤੇ ਮਾਪਿਆਂ ਵੱਲ ਹਰਿਆਣਾ ਸਰਕਾਰ ਅਗਨਸਾਬ ਦੀ ਮੰਗ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰ ਦੇ ਫੂਟੇਜ ਦੇ ਅਧਾਟ ਇਸ ਗਲ ਸਚਾਈ ਨੂੰ ਸਾਹਮਣੇ ਲਿਆਂਦਾ ਜਾਵੇ ਇਹ ਹਾਸਾ ਕਿਸ ਤਰ੍ਹਾਂ ਵਾਪਰਿਆ ਖਬਰਲਾਸ ਦੇਖਣ